ਮਨਜੀਤ ਨੇ ਬੰਬੇ ਮੈਂ ਦੱਸੋ ਇਹਨੂੰ ਚੱਜ ਨਾਲ ਹੁਣ ਬੰਬੇ ਮੈਂ ਦੇਖਦੀ ਆ, ਬਸ ਥੋੜੀ ਜਿਹੀ ਵੇਟ ਕਰ, ਮੈਨੂੰ ਇੱਕ ਦੋ ਕੰਮ ਜੇ ਆ ਰਹੇ ਮੈਂ ਕਰ ਲਾਂ। ਮੈਂ ਕਿਹਾ ਮੈਂ ਕੱਲਾ ਕੱਲਾ ਬੰਦਾ ਕੋਈ ਫਟਿਆ ਆਵੇ ਤਾਂ ਪਹਿਲਾਂ ਸਹੀ ਹੁਣ ਦੇਖ ਹਨਾ, ਤੂੰ ਰਿਹਾ ਸੁੱਖ ਦੇ ਨਾਲ, ਤੇਰੇ ਕੋਲ ਇੱਕ ਇੱਕ ਤੂੰ ਇੱਕ ਇੱਕ ਤੇਰੇ ਕੋਲ ਚੀਜ਼ ਵਾ ਸੁੱਖ ਦੀ। ਮੈਂ ਦੱਸਦਾ ਮੇਰੀ ਚੰਗੀ ਕਿਸਮਤ ਕੀ ਆ, ਸੁੱਖ ਦੀ ਨਾਲ ਦੀ ਨੀ ਜਿਹੜੀ ਬਾਹਰ ਵਾਲੀ। ਹਾਂ ਮੈਨੂੰ ਪਤਾ, ਉਹਦੇ ਨਾਲ ਵੀਡੀਓ ਕਾਲਾਂ ਤੇ ਲੱਗ ਕੇ ਇਹਨੇ ਸਕਰੀਨਸ਼ਾਟ ਲਏ ਸੀ, ਉਹ ਸਾਰੇ ਮੇਰੇ ਹੱਥ ਆ ਗਏ। ਬਸ ਸਹੀ ਆ, ਦੇਖ ਜਿਹੜੀ ਜਿਹੜੀ ਮਰਜ਼ੀ ਆ, ਜਿਹੜੀ ਵੀ ਮਰਜ਼ੀ, ਜਿਹੜੀ ਵੀ ਕੁੜੀ ਆ, ਜਿੱਥੇ ਵੀ ਰਹਿੰਦੀ ਆ। ਇੱਕ ਵਾਰੀ ਮੈਂ ਲਾਈਵ ਜੁਆਇਨ ਕਰਿਆ ਸੀ, ਉਹ ਮੈਨੂੰ ਕਹਿੰਦੀ ਸੀ ਕਿ ਤੂੰ ਮੈਨੂੰ ਲੱਭ ਨਹੀਂ ਸਕਦਾ ਕਿਤੇ। ਮੈਂ ਕਿਹਾ ਕੋਈ ਨਹੀਂ, ਮੈਂ ਕਿਹਾ ਮੈਨੂੰ ਟਾਈਮ ਦੇਈ, ਪਤਾ ਨਹੀਂ ਬਾਹਰ ਸੀ ਕਿੱਥੇ ਸੀ, ਇੱਕ ਸਰਦਾਰ ਜਿਹਾ ਮੁੰਡੇ ਦੇ ਨਾਲ ਲਾਈ ਬੈਠੇ ਸੀ ਦੋਵੇਂ ਜਾਣੇ, ਤੇ ਮੈਨੂੰ ਪਤਾ ਸੀ ਉਹਨੇ ਮੇਰਾ ਨਾਮ ਤਾਂ ਲੈਣਾ ਨਹੀਂ। ਕਹਿੰਦੇ ਸੀ ਕਹਿੰਦੇ ਜੇ ਅਸੀਂ ਤੇਰਾ ਨਾਮ ਲੈ ਤਾ ਕੰਮ ਵੱਧ ਜਾਣਾ, ਕੰਮ ਨਾਮ ਨੀ ਮੇਰਾ ਲਿਆ, ਪਰ ਮੈਨੂੰ ਪਤਾ ਭਰਾਵਾ ਭਰਾਵਾ ਉਹ ਵੀ ਬੁੱਧੂ ਹੀ ਆ, ਕਿਹਦੇ ਪਿੱਛੇ ਲੈਣ ਦੀ ਲੈਣ ਦੀ ਜਿਹੜਾ ਮੂੰਹ ਮਾਰਦਾ। ਮੈਂ ਕਿਹਾ ਕੋਈ ਨੀ, ਸਾਰੇ ਇੱਕ ਵਾਰੀ ਜਿੰਨੇ ਵੀ ਏ ਟੂ ਜੈਡ ਹੋਏ ਨਾ ਬੰਦੇ ਤੇ ਸਾਰੇ ਠੋਕਣੇ ਆ ਇੱਕ ਵਾਰੀ। ਕੋਈ ਨੀ ਕੋਈ ਨੀ ਲੈ, ਹੁਣ ਸੌਖਾ ਰੱਖਿਆ ਤਾਂ ਮੈਂ ਤਾਂ ਕਹਿੰਦੀ ਆ, ਹੁਣ ਉਹਦੇ ਘਰਦਿਆਂ ਨੂੰ ਵੀ ਹੁਣ ਬੇਦਖਲ, ਮੈਂ ਰੁਪਏ ਚੁਕੜਾਇਆ, ਮੇਰਾ ਨਾਮ ਵੀ ਮਨਜੀਤ ਨਹੀਂ। ਅਗਰ ਜਿੰਨੇ ਦਿਨ ਮੈਂ ਤੈਨੂੰ ਵਾ ਮੇਰੀ ਗੱਲ ਸੁਣ, ਤੂੰ ਕੀ ਨਾਮ ਫੋਟਿਆ ਜਾਂ ਮਨਜੀਤ ਤੇਰੇ ਕੋਲ ਆਊਗੀ ਜਾਂ ਤੇ ਜਾਂ ਤੂੰ ਚੰਡੀਗੜ੍ਹ ਜਾਵੀਂ, ਇੱਕ ਕੋਈ ਨਾ ਕੋਈ ਨਾ ਮੈਂ ਇੱਕ ਜਗ੍ਹਾ ਤੇ ਦੋਵੇਂ ਇਕੱਠੇ ਹੋਇਓ ਇੱਕ ਵਾਰੀ, ਸਾਨੂੰ ਨੂੰ ਨਾਲ ਲੈ ਕੇ ਨਾ, ਸਾਨੂੰ ਨੂੰ ਨਾਲ ਲੈ ਕੇ ਇੱਕ ਵਾਰੀ ਜਾਵੀਂ ਉੱਥੇ, ਦੋ ਚਾਰ ਦਿਨ ਰੁਕ ਜਾ ਬਸ, ਠੀਕ ਆ। ਬਾਕੀ ਤੈਨੂੰ ਪਤਾ ਹੀ ਆ, ਫਿਰ ਜੋ ਮੈਂ ਕਰਦਾ ਫਿਰ ਮੈਂ ਕਰਕੇ ਛੱਡਦਾ।